अकाल चैनल नू सब्सक्राइब करो, नवी वीडियोस दी नोटिफिकेशन दे ले बेल आइकन नू क्लिक करना ना भूलना। अकाल जी, तुसी देख रहे हो अकाल चैनल सकाई 760। सानू यूके ते यूरोप दे विच तुसी स्काई दे उत्ते, अमेरिका दे विच सानू स्लिंग दे उत्ते देख रहे हो, अते ऑस्ट्रेलिया दे विच भी साडा ये प्रोग्राम टेलीकास्ट हो रहा। सो बहुत बहुत निघी जी इहनू करदे आ प्रोग्राम खबर ते नज़र विच। अज ये प्रोग्राम मैं पेश कर रहा क्योंकि इंद्रजीत सिंह संघा साहब जो इंडिया दे विच ने इस वेले अपने रुझेवियां दे कारण उत्थे गए हुए ने, पर घबराउण दी लोड़ नहीं, अपने नाल कॉल दे उत्ते जुड़े हुए ने। सानू सारी जानकारी जो जो खबरां दिंदे हुंदे ने ते ओह सानू कॉल दे उत्ते अज्ज ओह सुणाउणगे जी। ते सब तो पहला मैं जी इहनू करदा संघा साहब तुहानू ते फतेह दी सांझ पाउने। वाहिगुरू जी का खालसा, वाहिगुरू जी की फतेह जी। हाँ जी, वाहिगुरू जी खालसा, वाहिगुरू जी की फतेह जी। संघा साहब, सब तो पहला शुरुआत करनी है प्रोग्राम दे विच, जो मौसम बहुत खराब होया पूरे भारत दा, पाकिस्तान दा ते खास करके पंजाब दा, जिहदे नाल गड़ेमारी भी हुई है ते बहुत सारियां फसलां दा नुकसान भी होया, की कहना चाहोगे इहदे उत्ते? इस तरह है जी, देखो इस वेले भी मैं खड़ा पंजाब दे विच अपने जी मकान दी छत दे उपर, इस वेले भी थोड़ा थोड़ा मीह पै रहा हैगा। ठीक है, पंजाब दे जेकर असीं खेतां दी शकल देखिए तां बिल्कुल सुनहरी रंग दा कणकां दा जाल जिहड़ा बिछिया होया हैगा। अच्छा जी, जी पिछले कुछ दिनां तों जिहड़ी मीह ते गड़ेमारी होई हैगी आ जी, उसने पंजाब दी जो किसानी है उसका साह सुका दिता हैगा। बिल्कुल, खास कर जिहड़ा फरीदकोट, अमृतसर, फिरोजपुर जिहड़ा इलाका हैगा जी, इन्हां इलाकियां दे विच बड़ी गड़ेमार होई हैगी आ। ओके, ठीक है जी। इस ਜਿਹੜਾ ਮੀਂਹ ਜਾਂ ਗੜੇਮਾਰੀ ਹੈ ਇਸਨੇ ਪੰਜਾਬ ਦੀ ਸਿਆਸਤ ਨੂੰ ਵੀ ਠੰਡਿਆ ਕਰ ਦਿੱਤਾ ਹੈਗਾ। ਠੀਕ ਹੈ, ਠੀਕ ਹੈ, ਕਿਉਂਕਿ ਇਹ ਜਿਹੜੀ ਵਰਖਾ ਹੈ ਪੰਜਾਬ 'ਚ ਹੀ ਨਹੀਂ, ਵੈਸੇ ਤਾਂ ਸਾਰੇ ਹਿੰਦੁਸਤਾਨ ਵਿੱਚ ਹੀ ਹੋਈ ਹੈ। ਬਿਲਕੁਲ ਬਿਲਕੁਲ, ਜਿਸ ਦੇ ਨਾਲ ਮੱਧ ਪ੍ਰਦੇਸ਼ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਮੌਤਾਂ ਵੀ ਹੋਈਆਂ ਹੈਗੀਆਂ। ਬਿਲਕੁਲ ਬਿਲਕੁਲ, ਉੱਧਰ ਵੀ ਕਾਫੀ ਨੁਕਸਾਨ ਹੋਇਆ ਹੈ ਜੀ ਜੀ, ਤੇ ਪੰਜਾਬ ਦੇ ਵਿੱਚ ਜਿਹੜਾ ਨੁਕਸਾਨ ਆ, ਕਿਉਂਕਿ ਫਸਲਾਂ ਆਪਾਂ ਨੂੰ ਪਤਾ ਵੀ ਕਣਕਾਂ ਪੂਰੀਆਂ ਪੱਕਣ ਤੇ ਆ, ਜੋਬਨ ਤੇ ਆ ਜੀ 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 ਬਿਲਕੁਲ, ਤੇ ਉਹਦੇ ਨਾਲ ਕਾਫੀ ਨੁਕਸਾਨ ਜਿਹੜਾ ਫਸਲਾਂ ਦਾ ਹੋਇਆ ਹੈਗਾ, ਨਾਲ ਤੇਜ਼ ਹਵਾਵਾਂ ਜਿਹੜੀਆਂ ਚੱਲੀਆਂ ਹੈਗੀਆਂ ਜੀ ਜੀ। ਬਹੁਤ ਸਾਰੇ NRI ਲੋਕੀ ਇਹਨਾਂ ਦਿਨਾਂ ਦੇ ਵਿੱਚ ਇੱਥੇ ਆਪਣੇ ਫੰਕਸ਼ਨ ਵੀ ਕਰਨ ਆਏ ਹੋਏ ਨੇ ਈਸਟਰ ਦੀਆਂ ਛੁੱਟੀਆਂ ਕਰਕੇ ਪਹਿਲਾਂ। ਠੀਕ ਹੈ ਜੀ, ਦੋ ਦਿਨ ਪਹਿਲਾਂ ਚੱਲੀਆਂ ਹਨੇਰੀਆਂ ਨੇ, ਉਹਨਾਂ ਦੇ ਫੰਕਸ਼ਨ ਜਿਹੜੇ ਅੜਾ ਦਿੱਤੇ, ਵਿੱਚ ਟੈਂਟ, ਤੰਬੂ, ਸਾਰਾ ਕੁਛ। ਠੀਕ ਹੈ, ਓਕੇ, ਤੋ ਕਾਫੀ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਇਹ ਮੌਸਮ ਨੇ ਲੋਕਾਂ ਨੂੰ ਪਾਇਆ ਹੈਗਾ ਜੀ 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 ਜੀ। ਇਸ ਦੇ ਉੱਪਰ ਪੰਜਾਬ ਸਰਕਾਰ ਨੇ ਗਦਾਵਰੀ ਦੇ ਹੁਕਮ ਦਿੱਤੇ ਹੈਗੇ ਨੇ। ਅੱਛਾ ਜੀ, ਠੀਕ ਹੈ, ਵੀ ਜਿਹੜੇ ਇਲਾਕਿਆਂ ਦੇ ਵਿੱਚ ਗੜੇਮਾਰੀ ਹੋਈ ਹੈਗੀ ਆ ਉੱਥੇ ਮੁਆਵਜ਼ਾ ਦਿੱਤਾ ਜਾਵੇਗਾ। ਠੀਕ ਹੈ ਜੀ, ਠੀਕ ਹੈ। ਤੇ ਅਕਾਲੀ ਦਲ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਵੀ ਹਰੇਕ ਕਿਸਾਨ ਨੂੰ ਪ੍ਰਤੀ ਏਕੜ 16,000 ਰੁਪਇਆ ਘੱਟੋ ਘੱਟ ਜ਼ਰੂਰ ਦਿੱਤਾ ਜਾਵੇ। ਅੱਛਾ ਜੀ, ਪੰਜਾਬ ਦੀ ਸਿਆਸਤ ਜਿਹੜੀ ਆ ਉਸ ਦੇ ਉੱਪਰ ਇਸ ਜੋ ਮੁਆਵਜ਼ੇ ਦਾ ਅਸਰ ਜ਼ਰੂਰ ਪੈਣ ਦੇ ਅਸਰ ਹੋਣਗੇ ਜੀ 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 ਜੀ, ਕਿਉਂਕਿ ਜੇਕਰ ਪੰਜਾਬ ਸਰਕਾਰ ਪਿਛੇ ਆਉਂਦੇ ਦਿਨਾਂ ਵਿੱਚ 4-5 ਹਫ਼ਤਿਆਂ ਵਿੱਚ ਕਿਸਾਨਾਂ ਨੂੰ ਸੰਤੁਸ਼ਟ ਨਹੀਂ ਕਰਦੇ ਤਾਂ ਪੰਜਾਬ ਦੀਆਂ ਚੋਣਾਂ ਦੇ ਜਿਹੜੇ ਨਤੀਜੇ ਕਿਸੇ ਪਾਸੇ ਨੂੰ ਵੀ ਜਾ ਸਕਦੇ ਆ। ਠੀਕ ਹੈ, ਸੋ ਹੁਣ ਕਿਤੇ ਨਾ ਕਿਤੇ ਆਪਾਂ ਕਹਿ ਲਈਏ ਤੇ ਇਹ ਜੋ ਮੌਸਮ ਦੀ ਖਰਾਬੀ ਕਰਕੇ ਕਿਸਾਨਾਂ ਦਾ ਨੁਕਸਾਨ ਹੋਇਆ, ਇਹ ਅਸਰ ਪਾ ਸਕਦਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਉੱਤੇ? ਬਿਲਕੁਲ, ਅਗਰ ਤਾਂ ਕਿਸਾਨਾਂ ਨੂੰ ਪੈਸੇ ਮਿਲ ਜਾਂਦੇ ਨੇ ਜੀ ਫਿਰ ਤਾਂ ਕਿਸਾਨ ਖੁਸ਼ ਹੋ ਸਕਦੇ ਨੇ, ਪਰ ਕੋਈ ਵੀ ਸਰਕਾਰ 1.5-2 ਮਹੀਨੇ 'ਚ ਪੈਸੇ ਦੇਣ ਦੇ ਕਾਬਲ ਨਹੀਂ ਹੁੰਦੀ, ਕਿਉਂਕਿ ਪੰਜਾਬ ਸਰਕਾਰ ਦਾ ਤਾਂ ਆਪਣਾ ਖਜ਼ਾਨਾ ਖਾਲੀ ਹੈ। ਬਿਲਕੁਲ ਬਿਲਕੁਲ ਜੀ 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 ਜੀ, ਤੇ ਉਹਦੇ ਲਈ ਜਿਹੜੀਆਂ ਵਿਰੋਧੀ ਪਾਰਟੀਆਂ ਆ ਉਹ ਫਾਇਦਾ ਜ਼ਰੂਰ ਉਠਾਉਣਗੀਆਂ। ਜੀ 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 ਜੀ, ਸੋ ਇਹਦੇ ਵਿੱਚ ਇਹ ਜਿਹੜਾ ਹਾਂਜੀ ਕਿਤੇ ਨਾ ਕਿਤੇ ਕਿਸਾਨ ਹੁਣ ਸਿਆਸੀ ਗੱਲ ਕਰਨ ਨਾਲੋਂ ਪਹਿਲਾਂ ਆਪਣੀ ਫਸਲ ਦੀ ਗੱਲ ਕਰੇਗਾ। ਬਿਲਕੁਲ ਬਿਲਕੁਲ, ਜ਼ਰੂਰ ਜੀ ਜ਼ਰੂਰ, ਕਿਉਂਕਿ ਇਹ ਵਿਸਾਖੀ ਦਾ ਜੋ ਸੀਜ਼ਨ ਹੁੰਦਾ ਇਹਦੇ ਵਿੱਚ ਫਸਲਾਂ ਕੱਟਣ ਦਾ ਟਾਈਮ ਹੁੰਦਾ, ਇਹ ਪੱਕੀਆਂ ਹੁੰਦੀਆਂ ਨੇ ਫਸਲਾਂ ਤੇ ਕਿਸਾਨਾਂ ਦੇ ਚਿਹਰੇ ਦੇ ਉੱਤੇ ਵੀ। ਕਈਆਂ ਇਲਾਕਿਆਂ 'ਚ ਕਣਕਾਂ ਦੀ ਵਾਢੀ ਸ਼ੁਰੂ ਹੋਈ ਸੀ ਪਰ ਉਹ ਮੀਂਹ ਦੇ ਨਾਲ ਇਸ ਕਰਕੇ ਉਹ 2-3 ਹਫ਼ਤੇ ਲੇਟ ਚਲੇ ਜਾਣਾ ਸਾਰਾ ਕੰਮ। ਠੀਕ ਹੈ, ਠੀਕ ਹੈ, ਠੀਕ ਹੈ, ਅਗਰ ਵਢਾਈ ਲੇਟ ਜਾਂਦੀ, ਮੰਡੀਆਂ 'ਚ ਚੁਕਾਈ ਲੇਟ ਜਾਂਦੀ ਹੈ, ਤਾਂ ਪੰਜਾਬ ਦੀਆਂ ਜਿਹੜੀਆਂ 19 May ਨੂੰ ਚੋਣਾਂ ਨੇ ਜੀ, ਉਹ ਚੋਣਾਂ ਵੱਲ ਬਾਹਲਾ ਇਹਨਾਂ ਲੋਕਾਂ ਦਾ, ਕਿਸਾਨਾਂ ਦਾ ਧਿਆਨ ਨਹੀਂ ਜਾਵੇਗਾ, ਕਿਉਂਕਿ ਉਹਨਾਂ ਨੂੰ ਪਹਿਲਾਂ ਆਪਣੇ ਖਰਚੇ ਪਰਚੇ ਪੂਰੇ ਕਰਨ, ਆਪਣੀ ਫਸਲ ਦੀ ਚੁਕਾਈ ਜ਼ਰੂਰੀ ਆ। ਬਿਲਕੁਲ ਬਿਲਕੁਲ, ਕੋਈ ਸ਼ੱਕ ਨਹੀਂ ਜੀ, ਸੋ ਇਹ ਸਰਕਾਰ ਵਾਸਤੇ ਇੱਕ ਬਹੁਤ ਵੱਡਾ ਜਿਹੜਾ ਇਹ ਮਸਲਾ ਜਿਹੜਾ ਬਣੇਗਾ ਜੀ। ਜੀ 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 ਜੀ, ਸੋ ਇਹਦੇ ਵਿੱਚ ਸੰਘਾ ਸਾਹਿਬ ਇਹ ਵੀ ਹੋ ਸਕਦਾ, ਕਿਉਂਕਿ ਲੋਕ ਸਭਾ ਚੋਣਾਂ ਸਿਰ ਤੇ ਨੇ, ਕਿਸਾਨਾਂ ਨੂੰ ਮੁਆਵਜ਼ੇ ਜਿਹੜੇ ਹੈਗੇ ਉਹ ਜਲਦ ਤੋਂ ਜਲਦ ਮੁਹੱਈਆ ਕਰਵਾ ਦਿੱਤੇ ਜਾਣ।
ਉਹ ਇਸ ਤਰ੍ਹਾਂ ਜੀ ਐਲਾਨ ਤਾਂ ਹਾਲੇ ਗਦਾਵਰੀਆਂ ਹੋਣੀਆਂ, ਗਦਾਵਰੀਆਂ ਪਤਾ ਨੀ ਕਦੋਂ ਨੂੰ ਹੋਣਗੀਆਂ ਜੀ, ਫਿਰ ਜਾ ਕੇ ਕਿਸਾਨਾਂ ਨੂੰ ਕਿੰਨਾ ਪੈਸਾ ਮਿਲੇਗਾ, ਕਿਉਂਕਿ ਵਿਰੋਧੀਆਂ ਤਾਂ 16,000 ਰੁਪਇਆ ਪ੍ਰਤੀ ਏਕੜ ਕਹਿ ਦਿੱਤਾ ਬਿਲਕੁਲ, ਤੇ ਸਰਕਾਰ ਦੇਵੇਗੀ ਤਾਂ 2-2, 3-3 ਹਜ਼ਾਰ ਦੇਗੀ, ਕਿਸਾਨ ਉਹਦੇ ਨਾਲ ਸੰਤੁਸ਼ਟ ਨਹੀਂ ਹੋਵੇਗਾ। ਬਿਲਕੁਲ ਜੀ ਬਿਲਕੁਲ, ਜੋ ਖਰਚੇ ਨੇ ਬਹੁਤ ਜ਼ਿਆਦਾ ਨੇ। ਚੋਣਾਂ ਸਭ ਤੋਂ ਆਖਰੀ ਪੜਾਅ ਚ ਹੋਣ ਕਰਕੇ ਕੁਛ ਇਲਾਕਿਆਂ ਵਿਚ ਤਾਂ ਥੋੜਾ ਚੋਣ ਦੰਗਲ ਮਰ ਗਿਆ ਹੈਗਾ ਜੀ ਜੀ, ਪਰ ਕਈ ਇਲਾਕੇ ਨੇ ਉਹਨਾਂ ਵਿਚ ਹਾਲੇ ਲੋਕਾਂ ਦੇ ਵਿਚ ਕੋਈ ਬਾਹਲੀ ਆਪਣੀ ਹੈ ਨੀ ਗੀ ਸਰਗਰਮੀ ਜੀ 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 ਜੀ, ਖਾਸ ਕਰ ਜੇਕਰ ਮੈਂ ਜਲੰਧਰ ਦੀ ਸੀਟ ਦੀ ਗੱਲ ਕਰਾਂ ਤੇ ਹਾਲੇ ਲੋਕਾਂ ਨੂੰ ਇਹ ਨੀ ਪਤਾ ਵੀ ਕਿਹੜੀ ਪਾਰਟੀ ਵੱਲੋਂ ਕਿਹੜਾ ਉਮੀਦਵਾਰ ਖੜਾ, ਕੁਛ ਲੋਕਾਂ ਨੂੰ ਛੱਡ ਕੇ ਜਿਹੜੇ ਸਰਗਰਮ ਨੇ। ਬਿਲਕੁਲ ਬਿਲਕੁਲ ਜੀ ਜੀ ਜੀ, ਆਮ ਲੋਕਾਂ ਨੂੰ ਕੁਛ ਨੀ ਪਤਾ ਵੀ ਕਿਹੜੇ ਉਮੀਦਵਾਰ ਸਾਡੇ ਨੇ। ਬਿਲਕੁਲ, ਐਸੀਆਂ ਕਾਫੀ ਸੀਟਾਂ ਨੇ ਜਿਹਦੇ ਉੱਤੇ ਹਜੇ ਤੱਕ ਉਮੀਦਵਾਰ ਐਲਾਨੇ ਨਹੀਂ ਗਏ। ਹਾਂਜੀ, ਖਾਸ ਕਰ ਜੇਕਰ ਆਪਾਂ ਗੱਲ ਕਰੀਏ ਖਡੂਰ ਸਾਹਿਬ ਦੀ ਸੀਟ ਤੋਂ ਜੀ ਜੀ, ਖਡੂਰ ਸਾਹਿਬ ਦੀ ਸੀਟ ਤੋਂ ਟਕਸਾਲੀ ਵੀ ਖੜੇ ਸਨ, ਪਹਿਲਾਂ ਉਹਨਾਂ ਨੇ ਜਨਰਲ ਖੜਾ ਕੀਤਾ ਹੋਇਆ ਸੀ ਮਿਲਟਰੀ ਵਾਲਾ। ਬਿਲਕੁਲ ਬਿਲਕੁਲ, ਪਰ ਉਹਨਾਂ ਨੇ ਆਪਣੀ ਪੋਜੀਸ਼ਨ ਮਾੜੀ ਪੋਜੀਸ਼ਨ ਦੇਖਿਆ ਔਰ ਭਵਿੱਖ ਵਿੱਚ ਆਪਣਾ ਖਤਰਾ ਜਿਹੜਾ ਉਹਨਾਂ ਦੀ ਜੋ ਲੱਗੇਗਾ, ਜੋ ਕਿਉਂਕਿ ਵੋਟਾਂ ਨਹੀਂ ਪੈਣੀਆਂ ਉਹਨਾਂ ਨੂੰ ਕਿਸੇ ਹਾਲਤ ਵਿੱਚ ਵੀ, ਉਹਨਾਂ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਕਰ ਲਿਆ ਵੀ ਬੀਬੀ ਖਾਲੜਾ ਦੇ ਹੱਕ ਵਿੱਚ ਇਹਨੂੰ ਬਿਠਾ ਲਓ, ਬਈ ਅਸੀਂ ਕਹਿ ਗਏ ਵੀ ਅਸੀਂ ਬੀਬੀ ਖਾਲੜਾ ਦੀ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਆ, ਅਸੀਂ ਉਹਨਾਂ ਦੀ ਮਦਦ ਕਰ ਰਹੇ ਹਾਂ। ਬਿਲਕੁਲ ਜੀ ਜੀ, ਵੋਟਾਂ ਕਿਉਂਕਿ ਉੱਥੇ ਵੀ ਜਿਹੜੀਆਂ ਇਸ ਵੇਲੇ ਇਹ ਡਿੰਪਾ ਦੇ ਖੜੇ ਹੋਣ ਦੇ ਨਾਲ ਮੁਕਾਬਲਾ ਜਿਹੜਾ ਆ ਉਹ ਸਖ਼ਤ ਹੋ ਜਾਏਗਾ। ਠੀਕ ਆ, ਬੀਬੀ ਜਗੀਰ ਕੌਰ ਵੀ ਰਾਤ ਦਿਨ ਉੱਥੇ ਕਾਫੀ ਮਿਹਨਤ ਕਰ ਰਹੀ ਹੈਗੀ ਆ। ਓਕੇ, ਔਰ ਜੇ ਤੁਸੀਂ ਸਰਵੇ ਦੇਖੋ, ਸਾਰੇ ਸਰਵਿਆਂ ਦੇ ਵਿੱਚ ਚਾਰਾਂ ਸੀਟਾਂ ਚੋਂ ਦੋ ਸੀਟਾਂ ਜਿਹੜੀਆਂ ਅਕਾਲੀ ਦਲ ਨੂੰ ਉਹ ਖਡੂਰ ਸਾਹਿਬ ਤੇ ਫਿਰੋਜ਼ਪੁਰ ਦੇ ਰਹੇ ਹਾਲੇ। ਅੱਛਾ, ਠੀਕ ਆ, ਉਹ ਵੀ ਫਿਰੋਜ਼ਪੁਰ ਇਸ ਕਰਕੇ ਵੀ ਸ਼ਾਇਦ ਹਰਸਿਮਰਨ ਕੌਰ ਬਾਦਲ ਉੱਥੋਂ ਲੜੇ, ਜੇਕਰ ਉਹ ਬਠਿੰਡੇ ਤੋਂ ਲੜਦੀ ਆ ਤੇ ਉਹ ਫਿਰ ਬਠਿੰਡੇ ਦੀ ਸੀਟ ਦੇਣਗੇ ਸਰਵੇ ਜਿਹੜੇ। ਜੀ ਜੀ, ਠੀਕ ਆ, ਤੋ ਮਤਲਬ ਇਹ ਚੱਲ ਰਿਹਾ ਹੈਗਾ। ਜਲੰਧਰ ਦੇ ਵਿੱਚ ਚਰਨਜੀਤ ਸਿੰਘ ਅਟਵਾਲ ਖੜਾ ਹੈ ਅਕਾਲੀ ਦਲ ਵੱਲੋਂ, ਕਾਂਗਰਸ ਨੇ ਚੌਧਰੀ ਸੰਤੋਖ ਖੜਾ ਕੀਤਾ ਹੈ। ਠੀਕ ਆ, ਠੀਕ ਆ ਜੀ, ਪਰ ਮਹਿੰਦਰ ਸਿੰਘ ਕੇਪੀ ਜਿਹੜਾ ਆ ਉਹ ਮਨ ਨਹੀਂ ਰਿਹਾ। ਸੋ ਸੰਘਾ ਸਾਹਿਬ, ਇਹ ਸੀਟ ਦੀ ਗੱਲ ਕਰਨ ਤੋਂ ਪਹਿਲਾਂ ਜੇ ਖਡੂਰ ਸਾਹਿਬ ਦੀ ਸੀਟ ਦੇ ਬਾਰੇ ਜੇ ਗੱਲ ਕਰੀਏ ਥੋੜ੍ਹੀ ਜੀ, ਕਿ ਇੱਕ ਵਰਲਡਵਾਈਡ ਜਿਹੜੀ ਇਸ ਵੇਲੇ ਮੁਹਿੰਮ ਬਣੀ ਹੋਈ ਆ ਬੀਬੀ ਖਾਲੜਾ ਦੇ ਹੱਕ ਦੇ ਵਿੱਚ ਪੰਜਾਬ ਦੇ ਵਿੱਚ, ਤੁਸੀਂ ਇਸ ਵੇਲੇ ਪੰਜਾਬ ਦਾ ਮਾਹੌਲ ਦੇਖ ਰਹੇ ਹੋ, ਖਡੂਰ ਸਾਹਿਬ ਦਾ ਵੀ ਮਾਹੌਲ ਜਿਹੜਾ ਤੁਸੀਂ ਲਾਗਿਓ ਦੇਖ ਰਹੇ ਹੋ, ਤੁਹਾਨੂੰ ਕੀ ਮਹਿਸੂਸ ਹੁੰਦਾ, ਕਿਹਦੇ ਹੱਕ ਦੇ ਵਿੱਚ ਜ਼ਿਆਦਾ ਜਿਹੜਾ ਕਿਹਦਾ ਪਲੜਾ ਭਾਰੀ ਹੈਗਾ ਉੱਥੇ? ਨਹੀਂ ਜੀ, ਆਪਾਂ ਮੁਕਾਬਲਾ ਉੱਥੇ ਅਕਾਲੀ ਦਲ ਤੇ ਕਾਂਗਰਸ ਦਾ ਹੀ ਹੋਏਗਾ। ਅੱਛਾ, ਠੀਕ ਆ, ਭਾਵੇਂ ਆਪਾਂ ਪੰਜ ਸੀਟ ਕਹਿ ਰਹੇ ਹਾਂ, ਲੋਕੀ ਜਿਹੜੇ ਇੱਥੇ ਆਪਣੇ ਜਿਹੜੇ ਹੁਣ ਆਪਣੇ ਫਾਇਦਿਆਂ ਦੇ ਕੰਮਾਂ ਦੇ ਨਾਲ ਬੱਝੇ ਹੋਏ ਨੇ। ਜੀ ਜੀ ਜੀ, ਅੱਜ ਜੇ ਪੰਜਾਬ ਦੀ ਆਪਾਂ ਗੱਲ ਕਰੀਏ ਤੇ ਉਹ ਜੇ ਆਪਾਂ ਸ਼ਹਾਦਤਾਂ ਦੀ ਗੱਲ ਕਰੀਏ ਜਿਹਨਾਂ ਨੇ ਪੰਥ ਵਿੱਚ ਕੁਰਬਾਨੀਆਂ ਕੀਤੀਆਂ, 84 ਦੇ ਵਿੱਚ ਕਾਂਗਰਸ ਨੇ ਹਰਿਮੰਦਰ ਸਾਹਿਬ ਤੇ ਹਮਲਾ ਕਰਾਇਆ ਸਰਕਾਰ ਨੇ, ਤੇ ਪਰ ਪੰਜਾਬ ਦੇ ਵਿੱਚ ਰਾਜ ਤਾਂ ਕਾਂਗਰਸ ਕਰ ਰਹੀ ਹੈ, ਉਹਨਾਂ ਨੂੰ ਵੋਟਾਂ ਹੀ ਨੀ ਮਿਲਣੀਆਂ ਚਾਹੀਦੀਆਂ ਪੰਜਾਬ ਚੋਂ। ਜੀ ਬਿਲਕੁਲ ਬਿਲਕੁਲ ਬਿਲਕੁਲ, ਠੀਕ ਹੈ ਨਾ। ਠੀਕ ਹੈ, ਉਸ ਤੋਂ ਬਾਅਦ ਆਪਾਂ ਅੰਮ੍ਰਿਤਸਰ ਦੀ ਸੀਟ ਦੀ ਗੱਲ ਕਰੀਏ। ਬਿਲਕੁਲ, ਉੱਥੇ ਬੇਸ਼ੱਕ ਸਿੱਧੂ ਜਿੱਤਦਾ ਰਿਹਾ ਬੀਜੇਪੀ ਵੱਲੋਂ, ਪਰ ਫਿਰ ਬਾਅਦ ਹੁਣ ਕਾਂਗਰਸ ਐਮ ਪੀ ਬਣਿਆ। ਓਕੇ, ਆਨੰਦਪੁਰ ਸਾਹਿਬ ਦੀ ਗੱਲ ਕਰੀਏ, ਜਿਹੜੀ ਸਿੱਖਾਂ ਦੀ ਆਪਣੀ ਖਾਲਸੇ ਦੀ ਜਨਮ ਭੂਮੀ ਹੈਗੀ ਆ ਜੀ ਜੀ, ਉੱਥੋਂ ਸਾਡਾ ਕਾਂਗਰਸ ਜਿੱਤਦੇ ਆ ਰਹੇ ਆ। ਜਿਹੜੀ ਆਪਾਂ ਕੁਰਬਾਨੀ ਦੀ ਗੱਲ ਕਰਦੇ ਹਾਂ, ਹਰਸਿਮਰਨਜੀਤ ਸਿੰਘ ਮਾਨ ਹੋਣਾ ਤੋਂ ਵੱਡੀ ਕੁਰਬਾਨੀ ਕਿੰਨੀ ਉਹਨੇ ਕੀਤੀ ਆ, ਉਹ ਦੋ ਵਾਰੀ ਜਿੱਤੇ ਪਰ ਹੁਣ ਉਹਨਾਂ ਦੀ ਕੀ ਪੋਜੀਸ਼ਨ ਆ ਦੇਖ ਲਓ ਤੁਸੀਂ। ਬਿਲਕੁਲ, ਉਹਨਾਂ ਨੂੰ ਵੋਟਾਂ ਬਿਲਕੁਲ ਵੀ, ਕਿਉਂਕਿ ਲੋਕੀ ਕੁਰਬਾਨੀਆਂ ਭੁੱਲ ਜਾਂਦੇ ਆ, ਬਹੁਤ ਥੋੜੇ ਲੋਕ ਰਹਿ ਜਾਂਦੇ ਆ ਜਿਹਨਾਂ ਨੂੰ ਪਤਾ ਵੀ ਕੁਰਬਾਨੀ ਕੀ ਹੁੰਦੀ ਆ। ਜੀ 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 ਜੀ, ਇਹ ਸਭ ਤੋਂ ਵੱਡੀ ਚੀਜ਼ ਆ। ਤੇ ਸੰਘਾ ਸਾਹਿਬ, ਬਠਿੰਡਾ ਵਾਲੀ ਸੀਟ ਦਾ ਕੀ ਹਾਲ ਹੈਗਾ? ਮੁਕਾਬਲਾ ਸਭ ਹੋਏਗਾ ਉੱਥੇ। ਜੀ ਜੀ ਜੀ, ਠੀਕ ਹੈ, ਤੇ ਬਠਿੰਡਾ ਦੀ ਸੀਟ ਜਿਹੜੀ ਹੈਗੀ ਉਹਦਾ ਕੀ ਹਾਲ ਰਹੇਗਾ? ਬਠਿੰਡਾ ਦੀ ਸੀਟ ਤੋਂ ਕਿਉਂਕਿ ਹਾਲੇ ਨਾ ਕਾਂਗਰਸ ਨੇ ਨਾ ਅਕਾਲੀ ਦਲ ਨੇ ਆਪਣੇ ਉਮੀਦਵਾਰ ਡਿਕਲੇਅਰ ਕੀਤੇ ਹੈਗੇ ਆ। ਬਿਲਕੁਲ ਬਿਲਕੁਲ, ਉੱਥੇ ਖਹਿਰੇ ਹੋਣੀ ਆਪਣੀ ਪਾਰਟੀ ਵੱਲੋਂ ਉਮੀਦ ਆ ਪਿਆ, ਤੇ ਹੁਣ ਆਮ ਆਦਮੀ ਪਾਰਟੀ ਨੇ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਖੜਾ ਕੀਤਾ। ਠੀਕ ਆ ਜੀ ਜੀ, ਉੱਥੇ ਇੱਕ ਦੂਜੇ ਦੇ ਤੋਹਮਤਾਂ ਤਾਂ ਲਾ ਰਹੇ ਆ, ਪਰ ਮੁਕਾਬਲਾ ਤੇ ਅਕਾਲੀ ਦਲ ਤੇ ਕਾਂਗਰਸ ਵਿੱਚ ਹੀ ਹੋਣਾ ਹੈਗਾ। ਠੀਕ ਆ ਠੀਕ ਆ, ਜਿਹੜੀ ਆਮ ਆਦਮੀ ਪਾਰਟੀ ਉਹਦਾ ਖਿੱਲਰ ਚੁੱਕੀ ਹੈਗੀ ਆ। ਜੀ, ਪੰਜਾਬ ਚ ਲੀਡਰ ਲੋਕੀ ਗੱਲਾਂ ਕਰਦੇ ਪਰ ਲੋਕੀ ਉਹਨਾਂ ਦੇ ਨਾਲ ਕੋਈ ਤੁਹਾਨੂੰ ਪਿਆਰ ਨਹੀਂ। ਸੋ ਅੱਗੇ ਪਹਿਲਾਂ NRI ਜਹਾਜ਼ ਭਰ ਕੇ ਆਏ ਜਾਂ ਉੱਥੋਂ ਬਹੁਤ ਪੈਸਾ ਉਹਨਾਂ ਨੇ ਫੰਡ ਭੇਜਿਆ। ਬਿਲਕੁਲ ਬਿਲਕੁਲ, ਉਹ ਲੋਕੀ ਨਿਰਾਸ਼ ਨੇ NRI ਨੇ, ਜਿਹੜੇ ਉਹ NRI ਸੀ ਜਿਹੜੇ ਕਾਂਗਰਸ ਵੱਲ ਵੀ ਨੀ ਜਾਣਾ ਚਾਹੁੰਦੇ ਸਨ ਤਾਂ ਅਕਾਲੀ ਦਲ ਤੋਂ ਵੀ ਅੱਕੇ ਹੋਏ ਸਨ। ਜੀ ਜੀ, ਹੁਣ ਉਹਨਾਂ ਨੇ ਆਪਣਾ ਜਿਹੜਾ ਪਾਸਾ ਵੱਟ ਲਿਆ ਹੈਗਾ। ਬਿਲਕੁਲ ਬਿਲਕੁਲ, ਤੇ ਭਗਵੰਤ ਮਾਨ ਹੋਰਾਂ ਨੇ ਦੁਬਾਰਾ ਜਿਹੜੀ ਫੰਡ ਦੀ ਮੰਗ ਕੀਤੀ ਹੈ NRI ਦੇ ਕੋਲੋਂ। ਹਾਂਜੀ ਜੀ,
ਪਰ ਉਹ ਇਹਨਾਂ ਦਾ ਹੀ ਬਹੁਤ ਘੱਟ ਹੋਣਗੇ ਜਿਹੜੇ ਦੇਣਗੇ ਤਾਂ ਜ਼ਰੂਰ ਆ ਬੀਬੀ ਖਾਲੜਾ ਨੂੰ ਜ਼ਰੂਰ ਸਪੋਰਟ ਪਹੁੰਚੇਗੀ ਇਹਨਾਂ ਦਾ ਹੀ ਲੋਕਾਂ ਦੀ ਜਿਹੜੇ ਆਪਣੇ ਜਿਹਨਾਂ ਨੂੰ ਪਤਾ ਕਿ ਸ਼ਹਾਦਤ ਕੀ ਹੈ ਪੰਥ ਕੀ ਹੈ ਪੰਥ ਪਿੱਛੇ ਕਿਸ ਤਰ੍ਹਾਂ ਲੜਨਾ ਹੈਗਾ ਉਹ ਜ਼ਰੂਰ ਪਹੁੰਚੇਗੀ ਸਿਰਫ ਤੇ ਸਿਰਫ ਇਹਨਾਂ ਨੂੰ ਹੀ ਉਸ ਫੰਡ ਮਿਲ ਸਕਦੇ ਮੇਰਾ ਹੋਰ ਕਿਸੇ ਉਮੀਦਵਾਰ ਨਾ ਅਕਾਲੀ ਦਲ ਨਾ ਕਾਂਗਰਸ ਜਾਂ ਆਮ ਆਦਮੀ ਪਾਰਟੀ ਨੂੰ ਉੱਥੋਂ ਫੰਡਸ ਆਉਣ ਦੀ ਕੋਈ ਸੰਭਾਵਨਾ ਨਹੀਂ ਹੈਗੀ ਠੀਕ ਹੈ ਠੀਕ ਹੈ ਸੰਗਤ ਸਾਹਿਬ ਇਹ ਇਹਨਾਂ ਸੀਟਾਂ ਜੀ ਆਖਰੀ ਦਿਨ ਜਿਹੜਾ ਹੈਗਾ ਕਿ ਇੱਕ ਲਿਮਿਟ ਦਿੱਤੀ ਹੁੰਦੀ ਹੈ ਕਿਸ ਦਿਨ ਤੱਕ ਤੁਸੀਂ ਸਾਰੇ ਆਪਣੇ ਉਮੀਦਵਾਰ ਜਿਹੜੇ ਐਲਾਨਣੇ ਨੇ ਉਹ ਤਰੀਕ ਕੀ ਹੈਗੀ ਹੈ ਕਿਉਂਕਿ ਕਾਫੀ ਲੇਟ ਹੁੰਦਾ ਜਾ ਰਿਹਾ ਭਾਰਤ ਦੇ ਬਾਕੀ ਹਿੱਸਿਆਂ ਦੇ ਵਿੱਚ ਲਗਭਗ ਦੂਸਰਾ ਪੜਾਅ ਚੋਣਾਂ ਦਾ ਹੈਗਾ ਤੇ ਪੰਜਾਬ ਦੇ ਵਿੱਚ ਹਜੇ ਕੈਂਡੀਡੇਟ ਪੂਰੀ ਤਰ੍ਹਾਂ ਜਿਹੜੇ ਐਲਾਨ ਨਹੀਂ ਕੀਤੇ ਗਏ ਪੰਜਾਬ ਦੇ ਵਿੱਚ 22 ਅਪ੍ਰੈਲ ਤੋਂ ਲੈ ਕੇ 29 ਅਪ੍ਰੈਲ ਤੱਕ ਉਮੀਦਵਾਰ ਦੀਆਂ ਨਾਮਜ਼ਦਗੀਆਂ ਤਰੀਕਾਂ ਹੈਗੀਆਂ ਇੱਕ ਹਫ਼ਤਾ ਓਕੇ ਠੀਕ ਹੈ ਠੀਕ ਹੈ 22 ਅਪ੍ਰੈਲ ਤੋਂ ਸ਼ੁਰੂ ਹੋ ਜਾਣੀ ਆ 22 ਅਪ੍ਰੈਲ ਤੱਕ ਇਹਨਾਂ ਨੂੰ ਉਮੀਦਵਾਰ ਐਲਾਨਣੇ ਪੈਣੇ ਜਿਹੜੇ ਕੁਝ ਸੀਟਾਂ ਤੇ ਹੈਗੇ ਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਨਾ ਜੀ ਜੇਕਰ ਉਹ ਮੈਂ 2-3 ਦਿਨਾਂ 'ਚ ਸਾਰੇ ਉਲੀਕ ਦੇਣਗੇ ਜਿਹੜੇ ਉਮੀਦਵਾਰ ਐਲਾਨ ਹੋ ਜਾਏਗਾ ਬਠਿੰਡੇ ਤੋਂ ਵੀ ਤੇ ਫਿਰੋਜ਼ਪੁਰ ਦੀ ਸੀਟ ਤੋਂ ਵੀ ਅਕਾਲੀ ਦਲ ਦਾ ਜੀ ਤੇ ਤਕਰੀਬਨ ਇਹੀ ਦੋ ਇਲਾਕੇ ਰਹਿੰਦੇ ਹੈਗੇ ਪੰਜਾਬ ਦੇ ਕਾਂਗਰਸ ਦੇ ਤੇ ਅਕਾਲੀ ਦਲ ਦੇ ਬਿਲਕੁਲ 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 ਠੀਕ ਹੈ ਜੀ ਠੀਕ ਹੈ ਉਸ ਤੋਂ ਬਾਅਦ ਜਿਹੜੀ ਸਭ ਤੋਂ ਦਿਲਚਸਪ ਟੱਕਰ ਆਨੰਦਪੁਰ ਸਾਹਿਬ ਦੀ ਸੀਟ ਦੀ ਹੈਗੀ ਆ ਓਕੇ ਉਹ ਤੇ ਫਿਰ ਅਸਰ ਚੰਦੂ ਮਾਜਰਾ ਪਹਿਲਾਂ ਵੀ MP ਹੁਣ ਇਸ ਵੇਲੇ MP ਆ ਉੱਥੇ ਠੀਕ ਹੈ ਜੀ ਉਹਨੇ ਆਪਣਾ ਚੋਣ ਪ੍ਰਚਾਰ ਜਿਹੜਾ ਕਾਫੀ ਦੇਰ ਤੋਂ ਸ਼ੁਰੂ ਕੀਤਾ ਹੋਇਆ ਸੀ ਠੀਕ ਹੈ ਜੀ ਤੇ ਉਹਦੇ ਤੋਂ ਉਸ ਸੀਟ ਦੇ ਉੱਪਰ ਜਿਹੜੇ ਆ ਕਾਂਗਰਸ ਵੱਲੋਂ ਕਾਫੀ ਚੱਕਰ ਪਿਆ ਹੋਇਆ ਕਿਉਂਕਿ ਉਹ ਸੀਟ ਲਈ ਕਾਫੀ ਕਾਂਗਰਸ ਦੇ ਉਮੀਦਵਾਰ ਸਨ ਠੀਕ ਹੈ ਜੀ ਪਰ ਉਹਨਾਂ ਨੇ ਮਨੀਸ਼ ਤਿਵਾੜੀ ਨੂੰ ਸੀਟ ਉਹ ਦਿੱਤੀ ਆ ਜੀ 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 ਠੀਕ ਹੈ ਜਿਹੜਾ ਮਨੀਸ਼ ਤਿਵਾੜੀ ਆ ਉਹਦਾ ਜਿਹੜਾ ਫਾਦਰ ਦੇ ਪਰਿਵਾਰ ਜਿਹੜਾ ਆ ਉਹਨੂੰ ਐਂਟੀ ਪੰਥ ਜਿਹੜਾ ਮੰਨਿਆ ਗਿਆ ਸੀ ਪਹਿਲੀਆਂ ਚ ਬਿਲਕੁਲ ਤੇ ਮਨੀਸ਼ ਤਿਵਾੜੀ ਨੇ ਤਾਂ ਇਹ ਵੀ ਪੁੱਛਿਆ ਸੀ ਵੀ ਉੱਥੇ ਦੱਸੋ ਵੀ ਹਿੰਦੂ ਵੋਟ ਵੀ ਹੈਗੀ ਕਿ ਨਹੀਂ ਹੈਗੀ ਜਦੋਂ ਉਹਨੂੰ ਟਿਕਟ ਇਹ ਦਿੱਤੀ ਹੈਗੀ ਆ ਓਕੇ ਤੇ ਉਸ ਤੋਂ ਬਾਅਦ ਉੱਥੇ ਅੰਬਿਕਾ ਸੋਨੀ ਆ ਉਹ ਆਪਣਾ ਹੱਕ ਜਿਤਾਉਂਦੀ ਸੀ ਠੀਕ ਹੈ ਠੀਕ ਆਪਣੇ ਮੁੰਡੇ ਵਾਸਤੇ ਓਕੇ ਤੇ ਇਸੇ ਤਰ੍ਹਾਂ ਹੋਰ ਵੀ ਕਾਂਗਰਸ ਵੱਲੋਂ ਕਈ ਉਮੀਦਵਾਰ ਸਨ ਠੀਕ ਹੈ ਠੀਕ ਹੈ ਸੰਗਤ ਸਾਹਿਬ ਟਕਸਾਲੀਆ ਨੇ ਵੀ ਜੀ ਜੀ ਫਰੀਦਕੋਟ ਦੀ ਜਿਹੜੀ ਲੋਕ ਸਭਾ ਸੀਟ ਹੈਗੀ ਹੈ ਉਹਦੇ ਵਿੱਚ ਆਪਣੇ ਗੁਲਜ਼ਾਰ ਸਿੰਘ ਰਣੀਕੇ ਜਿਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ ਅਤੇ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਇਹ ਬਿਆਨ ਆਉਂਦਾ ਕਿ ਕਾਲੀਆਂ ਝੰਡੀਆਂ ਨਾ ਦਿਖਾਓ ਜੇ ਵੋਟ ਨਹੀਂ ਪਾਉਣੀ ਤਾਂ ਨਾ ਪਾਓ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਅਸਲ ਵਿੱਚ ਆਪਣੇ ਪੈਸਾ ਜਿਹੜੇ ਕਾਲੀਆਂ ਝੰਡੀਆਂ ਵੱਲ ਦਿਖਾਉਣ ਵਾਲੇ ਲੋਕ ਹੈ ਨਾ ਉਹ ਪਹਿਲਾਂ ਵੀ ਸਨ ਕਾਲੀਆਂ ਝੰਡੀਆਂ ਦਿਖਾਉਣ ਉਹ ਹਰੇਕ ਪਾਰਟੀ ਦੇ ਵਿਰੁੱਧ ਉਹਨਾਂ ਕ ਆਂਸਰ ਉਨੀਆਂ ਕ ਲੋਕ ਹੁੰਦੇ ਹੀ ਆ ਵੀ ਕਿਉਂ ਦਿਖਾਲਦੇ ਆ ਦੱਸੋ ਠੀਕ ਆ ਠੀਕ ਆ ਉਹ ਤਾਂ ਆਮ ਆਦਮੀ ਪਾਰਟੀ ਵਾਲੇ ਬਹੁਤ ਸਾਰੀਆਂ ਨਿੱਕੀਆਂ ਪਾਰਟੀਆਂ ਨੇ ਇੱਥੇ ਦੁਕਾਨਾਂ ਖੋਲੀਆਂ ਹੋਈਆਂ ਨੇ ਜੀ 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 ਉਹ ਵੀ ਪਾਰਟੀ ਵੱਡੀ ਜਿਹੜੀ ਆ ਛੋਟੀ ਦਾ ਫੰਡ ਪ੍ਰੋਵਾਈਡ ਕਰਕੇ ਉਸੇ ਵਿਰੋਧ ਕਰਾ ਦਿੰਦੇ ਨੇ ਭਗਵੰਤ ਮਾਨ ਦਾ ਵੀ ਵਿਰੋਧ ਹੋਇਆ ਪਿਛਲੇ ਦਿਨੀ ਭਗਵੰਤ ਮਾਨ ਦਾ ਵੀ ਦੇਖੋ ਜਦੋਂ ਪਿਛਲੀ ਅਸੈਂਬਲੀ ਚੋਣਾਂ ਸਨ ਤਾਂ ਉਦੋਂ ਆਪ ਵਾਲੇ ਕਹਿੰਦੇ ਸੀ ਕਾਲੀਆਂ ਨੂੰ ਪਿੰਡਾਂ 'ਚ ਨਹੀਂ ਅਸੀਂ ਵੰਡ ਦੇਣਾ ਬਿਲਕੁਲ ਤੇ ਪਰ ਹੁਣ ਪੋਜੀਸ਼ਨ ਉਲਟ ਹੋਈ ਆ ਹੁਣ ਆਪ ਵਾਲਿਆਂ ਨੂੰ ਨਹੀਂ ਪਿੰਡਾਂ 'ਚ ਵੰਡ ਦਿੰਦੇ ਜੀ ਜੀ ਜਿਹੜੀਆਂ ਰੈਲੀਆਂ ਹੋ ਰਹੀਆਂ ਤੁਸੀਂ ਦੇਖੋ ਪੰਜਾਬ ਦੇ ਕਿਸੇ ਇਲਾਕੇ ਦੇਖ ਲਓ ਅਕਾਲੀ ਦਲ ਦੀਆਂ ਇਸ ਵੇਲੇ ਸਭ ਤੋਂ ਵੱਡੀਆਂ ਰੈਲੀਆਂ ਹੋ ਰਹੀਆਂ ਇਹ ਵੱਖਰੀ ਗੱਲ ਆ ਵੀ ਉਹ ਵੋਟਾਂ ਵਿੱਚ ਕਨਵਰਟ ਹੁੰਦੀਆਂ ਕਿ ਨਹੀਂ ਹੁੰਦੀਆਂ ਬਿਲਕੁਲ ਬਿਲਕੁਲ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈਗੀ ਆ ਠੀਕ ਹੈ ਜੀ ਠੀਕ ਹੈ ਤੇ ਉਸ ਤੋਂ ਬਾਅਦ ਜਿਹੜੀ ਸੀਟ ਹੈਗੀ ਆਪਣੇ ਫਰੀਦਕੋਟ ਜਿੱਥੇ ਆਪਣੇ ਗੁਲਜ਼ਾਰ ਸਿੰਘ ਰਣੀ ਹੈ ਤੇ ਆ ਜੀ ਉਸੇ ਹੁਣ ਕਾਂਗਰਸ ਨੇ ਮੁਹੰਮਦ ਸਦੀਕ ਨੂੰ ਖੜਾ ਕਰ ਦਿੱਤਾ ਜੀ ਜੀ ਮੁਹੰਮਦ ਸਦੀਕ ਕੋਈ ਸਿਆਸਤਦਾਨ ਨਹੀਂ ਹੈਗਾ ਬਿਲਕੁਲ ਉਹ ਅਸੈਂਬਲੀ ਚਲੋ ਇੱਕ ਵਾਰੀ MLA ਤੋਂ ਬਣ ਗਿਆ ਪੈਰ ਹੇਠ ਪਟਾਰਾ ਜਿੱਦਾਂ ਆਪ ਵਾਲਿਆਂ ਦੇ ਆਇਆ ਸੀ ਉਦਾਂ ਹੀ ਆਇਆ ਹੈਗਾ ਸੀ ਅੱਛਾ ਠੀਕ ਹੈ ਪਰ ਪਾਰਲੀਮੈਂਟ ਵਿੱਚ ਜਾਣ ਲਈ ਬੰਦੇ ਦਾ ਜਿਹੜਾ ਜੀਵਨ ਹੈ ਉਹ ਸਿਆਸਤ ਵਿੱਚ ਹੰਢਿਆ ਹੋਣਾ ਚਾਹੀਦਾ ਵੀ ਉਹ ਪੰਜਾਬ ਦਾ ਉੱਥੇ ਪੰਜਾਬ ਦਾ ਕੀ ਹੱਕ ਰੱਖੇਗਾ ਜਾ ਕੇ ਬਿਲਕੁਲ ਬਿਲਕੁਲ ਤੇ ਸੰਗਾ ਸਾਹਿਬ ਇੱਕ ਮੁਹੰਮਦ ਸਦੀਕ ਹੋਰਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਕੋਈ ਪੁਰਾਣੀ ਵੀਡੀਓ ਜਿਹਦੇ ਵਿੱਚ ਉਹ ਕਹਿ ਰਹੇ ਨੇ ਮੀਡੀਆ ਦੇ ਵਿੱਚ ਕਿ ਮੈਂ ਬੇਅੰਤ ਸਿੰਘ ਜੋ ਸਾਬਕਾ ਮੁੱਖ ਮੰਤਰੀ ਸੀ ਉਹਨਾਂ ਦਾ ਸਾਥ ਦਿੱਤਾ ਅੱਤਵਾਦ ਖਤਮ ਕਰਨ ਦੇ ਵਿੱਚ ਇਹ ਬਿਆਨ ਜਿਹੜਾ ਉਹਨਾਂ ਦਾ ਉਹ ਵੀ ਵਾਇਰਲ ਹੋ ਰਿਹਾ ਇਸ ਵੇਲੇ ਉਹ ਕਿਉਂਕਿ ਉਹ ਬਿਆਨ ਉਹਦੇ ਖਿਲਾਫ ਹੀ ਜਾਏਗਾ ਜੀ ਬਿਲਕੁਲ ਜੀ ਬਿਲਕੁਲ ਜਾਏਗਾ ਜੀ 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 ਉਹ ਬਿਆਨ ਉਹਦੇ ਜਿਹੜਾ ਇਹ ਖਿਲਾਫ ਹੀ ਜਾਏਗਾ ਕਿਉਂਕਿ ਮਾਲਵੇ ਦੇ ਵਿੱਚ ਬੜਾ ਸਿੱਖ ਵੋਟ ਹੈਗੀ ਆ ਇਸ ਕਰਕੇ ਅਕਾਲੀ ਦਲ ਨੂੰ ਵੀ ਧੱਕਾ ਲੱਗਾ ਸੀ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਆਪਤੀ ਹੈ ਉਸ ਬਾਰੇ ਜਿਹੜਾ ਕਿਉਂਕਿ ਲੋਕਾਂ ਵਿੱਚ ਰੋਸ ਸੀ ਹੁਣ ਉਹ ਜਿਹੜਾ ਰੋਸ ਆ ਉਹ ਇਸ ਤਰ੍ਹਾਂ ਆਇਆ ਵੀ ਕਾਂਗਰਸ ਸਰਕਾਰ ਨੇ ਵੀ ਵਾਅਦਾ ਕੀਤਾ ਸੀ ਪਰ ਉਹ ਰਿਜ਼ਲਟ ਕੋਈ ਨਹੀਂ ਨਿਕਲਿਆ ਠੀਕ ਆ ਠੀਕ ਆ ਜੀ ਜੋ ਵੀ ਕਮਿਸ਼ਨ ਵੀ ਬਣਾਏ ਆ ਜਾਂ ਪੁਲਿਸ ਵਾਲੇ 2-3 ਫੜ ਲਏ ਆ ਜਾਂ ਕਿਸ ਤਰ੍ਹਾਂ ਵੀ ਆ ਪਰ ਉਹ ਹਲੇ ਗੱਲ ਕਿਸੇ ਸਿਰੇ ਨਹੀਂ ਲੱਗੀ ਠੀਕ ਹੈ ਠੀਕ ਹੈ ਓਕੇ ਇਸੇ ਤਰ੍ਹਾਂ ਬਰਗਾੜੀ ਮੋਰਚੇ ਵਾਲਿਆਂ ਨੇ ਮੋਰਚਾ ਲਾਇਆ ਵਧੀਆ ਪੰਥਕ ਆ ਗਿਆ ਪਰ ਉਹ ਵਿੱਚੇ ਛੱਡ ਗਏ ਜੀ 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 ਉਹਨਾਂ ਨੇ ਦੁਬਾਰਾ ਜਿਹੜਾ ਇਨਸਾਫ ਮੋਰਚਾ ਲਾ ਲਿਆ ਉਹਦਾ ਅਗਲਾ ਪੜਾਅ ਵੀ ਉਹਨਾਂ ਨੇ ਐਲਾਨ ਦਿੱਤਾ ਜੀ ਉਹ ਐਲਾਨ ਦਿੱਤਾ ਹੁਣ ਲੋਕੀ ਵਿਸ਼ਵਾਸ ਨਹੀਂ ਕਰਦੇ ਜੀ ਬਿਲਕੁਲ ਬਹੁਤ ਮੁਸ਼ਕਲ ਹੋ ਗਿਆ ਹੁਣ ਜੀ
ਲੋਕੀ ਆਪਣੀਆਂ ਫਸਲਾਂ ਚੱਕਣਗੇ ਕਿ ਮੋਰਚੇ ਵਿੱਚ ਜਾਣਗੇ? ਇੱਕ ਪਾਸੇ ਵੋਟਾਂ ਨੇ, ਇੱਕ ਪਾਸੇ ਬੇਮੌਸਮਾ ਜਿਹੜਾ ਇਸ ਵੇਲੇ ਮੀਂਹ ਪਿਆ ਜਾਂ ਗੜੇਮਾਰੀ ਹੋਈ ਹੈ, ਸੋ ਧਿਆਨ ਲੋਕਾਂ ਦਾ ਇਸ ਵੇਲੇ ਉਸ ਪਾਸੇ ਨੂੰ। ਹਾਂਜੀ, ਧਿਆਨ ਇਸ ਪਾਸੇ ਲੋਕਾਂ ਦਾ ਹੈਗਾ, ਲੋਕਾਂ ਨੂੰ ਕੋਈ ਸਿਆਸਤ ਦੇ ਵੱਲ ਇੰਨੀ ਰੁਚੀ ਨਹੀਂ ਹਾਲੇ। ਠੀਕ ਹੈ, ਠੀਕ ਹੈ। ਤੇ ਸੰਗਤ ਸਾਹਿਬ, ਚੋਣਾਂ ਤੋਂ ਦੋ ਵੀਕ ਜੀ 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 ਸੋ ਜੈੱਟ ਏਅਰਵੇਜ਼ ਦੀ ਆਪਾਂ ਗੱਲ ਕਰਦੇ ਹਾਂ, ਜੈੱਟ ਏਅਰਵੇਜ਼ ਨੇ ਆਪਣੀਆਂ ਸਾਰੀਆਂ ਉਡਾਨਾਂ ਬੰਦ ਕਰ ਦਿੱਤੀਆਂ ਨੇ, ਅਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਉਹਨਾਂ ਨੇ ਐਲਾਨ ਕੀਤਾ ਕਿ ਸਾਡੀ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀ ਇਹ ਆਖਰੀ ਉਡਾਨ ਹੋਏਗੀ, ਸੋ ਉਹ ਬੰਦ ਕਰ ਦਿੱਤਾ ਉਹਨਾਂ ਨੇ, ਉਹਦੇ ਬਾਰੇ ਕੀ ਕਹਿਣਾ ਤੁਸੀਂ? ਉਹ ਇਸ ਤਰ੍ਹਾਂ ਦੇਖੋ, ਜਿਹੜੇ ਇਹਨਾਂ ਦਾ ਹੀ ਖਾਸ ਕਰ ਬ੍ਰਿਟਨ ਦੇ ਲੋਕ ਆ ਨਾ, ਇਹਨਾਂ ਨੂੰ ਪਿਛਲੇ 5-6 ਮਹੀਨਿਆਂ ਤੋਂ ਹੀ ਬਹੁਤ ਸਮੱਸਿਆ ਆ ਰਹੀਆਂ ਸੀ। ਬਿਲਕੁਲ ਕੋਈ ਸ਼ੱਕ ਨਹੀਂ, ਹਾਲੇ ਤਾਈਂ ਇੱਥੇ ਤੁਰਕਮਿਸਤਾਨ ਦੀ ਮਾਰ ਚੱਲੇ ਹੋਏ ਲੋਕੀ ਪੰਜਾਬ 'ਚ ਬੈਠੇ, ਜਿਹੜੇ ਵਿਚਾਰੇ ਵਾਪਸ ਨਹੀਂ ਜਾ ਰਹੇ। ਜੀ 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 ਬਿਲਕੁਲ, ਕਿਉਂਕਿ ਉਹਨਾਂ ਦੇ ਵਿੱਚ ਖਾਸ ਕਰ ਜਿਹੜੇ ਬਜ਼ੁਰਗ ਲੋਕੀ ਆਉਂਦੇ ਆ, ਸੋਸ਼ਲ ਸਿਕਿਉਰਿਟੀ ਜਿਹੜੇ ਚਾ ਬੈਨੀਫਿਟ ਲੈਂਦੇ ਆ, ਉਹਨਾਂ ਕੋਲ ਪੈਸੇ ਹੀ ਹੈ ਨਹੀਂ ਟਿਕਟਾਂ ਦੇ। ਉਹ ਹੁਣ ਕਿਸੇ ਮਹਿੰਗੀ ਏਅਰਲਾਈਨ ਦੀ ਟਿਕਟ ਲੈ ਕੇ ਰਿਸ਼ਤੇਦਾਰਾਂ ਜਾਂ ਕਿੱਦਾਂ ਆਪਣੇ ਉੱਥੇ ਪਰਿਵਾਰਾਂ ਤੋਂ ਮੰਗਾ ਕੇ ਵਾਪਸ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ। ਠੀਕ ਹੈ, ਠੀਕ ਹੈ। ਉਸ ਤੋਂ ਬਾਅਦ ਪਾਕਿਸਤਾਨ ਦਾ ਝਗੜਾ ਚੱਲ ਗਿਆ ਇੰਡੀਆ ਦੇ ਨਾਲ, ਤਾਂ ਸਪੇਸ ਬੰਦ ਹੋਣ ਨਾਲ ਏਅਰ ਇੰਡੀਆ ਦੀਆਂ 3 ਫਲਾਈਟਾਂ ਜਿਹੜੀਆਂ ਬੰਦ ਹੋਈਆਂ ਬਰਮਿੰਗਮ ਵਾਲੀਆਂ। ਅੱਛਾ ਜੀ, ਉਹ 3 ਜਿਹੜੀਆਂ ਫਲਾਈਟਾਂ ਬੰਦ ਹੋਣ ਨਾਲ, ਉਹ 2-3 ਹਫ਼ਤੇ ਤਾਂ ਪਹਿਲਾਂ ਸਵਾਰੀਆਂ ਹੀ ਐਡਜਸਟ ਉਹਨਾਂ ਤੋਂ ਮਸੀਕਾ 'ਚ ਧੋਕੇ ਹੋਈਆਂ ਲੰਡਨ ਤੋਂ। ਜੀ, ਤੇ ਹੁਣ ਉਹ 1000-1000 ਪਾਉਂਡ ਦੀ ਜਿਹੜੀ ਟਿਕਟ ਸੀ ਉਹਨਾਂ ਦੀ। ਅੱਛਾ, ਬਹੁਤਿਆਂ ਲੋਕਾਂ ਨੇ ਏਅਰ ਇੰਡੀਆ ਦੀਆਂ ਨਾ ਦੇਖਦੇ ਹੋਏ ਟਿਕਟਾਂ ਰਿਫੰਡ ਕਰਾ ਕੇ ਜਾਂ ਉਹਨੀ ਜੈੱਟ ਏਅਰਵੇਜ਼ ਦੀਆਂ ਟਿਕਟਾਂ ਲਈਆਂ ਸੀ। ਠੀਕ ਹੈ, ਉਹ ਜੈੱਟ ਏਅਰਵੇਜ਼ ਨਾ ਇੱਧਰ ਆ ਤਾਂ ਗਏ, ਹੁਣ ਜੈੱਟ ਏਅਰਵੇਜ਼ ਜਿਹੜਾ ਗਰਾਊਂਡ ਹੋ, ਕਿਉਂਕਿ ਉਹਨੂੰ ਉਹ ਬੈਂਕਰਪਸੀ ਵੱਲ ਵੱਧ ਰਿਹਾ, ਤਕਰੀਬਨ ਹੋ ਹੀ ਗਈ ਆ ਉਹਨਾਂ ਦੀ। ਓਕੇ, ਠੀਕ ਹੈ। ਕਿਉਂਕਿ ਉਹਨਾਂ ਦੇ ਸਟਾਫ ਦੀਆਂ ਤਨਖਾਹ ਦੇਣ ਵਾਸਤੇ ਹੀ ਪੈਸਾ ਨਹੀਂ ਸੀ। ਅੱਛਾ ਜੀ, ਤੇ ਉਹਨਾਂ ਨੇ ਸਾਰੀਆਂ ਬੈਂਕਾਂ ਕੋਲੋਂ 400 ਕਰੋੜ ਦੀ ਮਦਦ ਮੰਗੀ ਸੀ, ਕੋਈ ਬੈਂਕ ਜਿਹੜੀ ਆ 400 ਕਰੋੜ ਰੁਪਈਏ ਦੀ ਮਦਦ ਦੇਵੇ। ਠੀਕ ਹੈ, ਠੀਕ ਹੈ। ਜਿਹੜਾ ਇੰਡੀਆ ਦਾ ਬੈਂਕ ਸਮੂਹ ਆ, ਜਦੋਂ ਆਪਾਂ ਬੈਂਕ ਆਰਗੇਨਾਈਜੇਸ਼ਨ ਕਹਿੰਦੇ ਹਾਂ, ਸਾਰੀਆਂ ਬੈਂਕਾਂ ਦਾ ਸਮੂਹ, ਜੀ ਜੀ, ਉਹਨਾਂ ਨੇ ਇਕੱਠਿਆਂ ਹੋ ਕੇ ਇਹ ਨਿਰਣਾ ਲਿਆ ਵੀ ਜੈੱਟ ਏਅਰਵੇਜ਼ ਨੂੰ ਕੋਈ ਵੀ ਜਿਹੜੀ ਆ ਮਾਲੀ ਮਦਦ ਨਹੀਂ ਦਿੱਤੀ ਜਾਵੇਗੀ। ਅੱਛਾ, ਓਕੇ, ਕਿਉਂਕਿ ਅੱਗੇ ਵਿਜੇ ਮਾਲੀਆ ਵਰਗੇ ਜਾਂ ਹੋਰ ਲੋਕ ਆ ਬਹੁਤ ਪੈਸਾ ਮਾਰ ਕੇ ਵਿਦੇਸ਼ਾਂ ਵਿੱਚ ਬੈਠੇ ਨੇ। ਬਿਲਕੁਲ ਜੀ, ਬਿਲਕੁਲ। ਤੋਂ ਇਸ ਕਰਕੇ ਉਹ ਜਿਹੜਾ ਇਹ ਜਿਹੜਾ ਬੰਦ ਹੋ ਗਿਆ, ਇਹ ਬੈਂਕਰਪਸੀ ਤੇ ਆ, ਜਿਹੜੇ ਜਹਾਜ਼ ਆ ਫਲਾਈਟਾਂ ਉਹਨਾਂ ਦੀਆਂ ਸਾਰੀਆਂ ਬੰਦ ਹੋ ਗਈਆਂ, ਲੋਕੀ ਇੱਥੇ ਹੁਣ ਜੈੱਟ ਏਅਰਵੇਜ਼ ਦੀਆਂ, ਮੈਨੂੰ ਅੱਜ ਜਲੰਧਰ ਵਿੱਚ ਵੀ ਕਾਫੀ ਮਿਲੇ ਆ ਬਰਮਿੰਗਮ ਤੋਂ ਲੋਕ, ਤੇ ਬੜੀ ਸਭ ਤੋਂ ਵੱਡੀ ਗੱਲ ਆ ਜੀ, ਅਕਾਲ ਚੈਨਲ ਦੀ ਬੜੀ ਇੱਥੇ ਪ੍ਰਸ਼ੰਸਾ ਹੈਗੀ ਆ। ਜੀ ਜੀ, ਆਮ ਜਿਹੜੇ ਲੋਕੀ NRI ਵੀ ਮਿਲਦੇ ਆ ਜਾਂ ਇੱਥੇ ਵੀ ਕੁਛ ਸੋਸ਼ਲ ਮੀਡੀਆ ਰਾਹੀਂ, ਯੂਟਿਊਬ ਰਾਹੀਂ ਜਾਂ ਹੋਰ ਜਿਹੜੇ ਦੇਖਦੇ ਨੇ, ਜਿਸ ਤਰ੍ਹਾਂ ਹੁਣ ਆਪਣਾ ਤਾਂ ਅਕਾਲ ਚੈਨਲ ਵੈਸੇ ਵੀ ਚੱਲ ਪਿਆ ਹੈਗਾ ਇੱਥੇ। ਬਿਲਕੁਲ ਬਿਲਕੁਲ, ਤੇ ਉਹਨਾਂ ਵੱਲੋਂ ਕਾਫੀ ਪ੍ਰੋਗਰਾਮਾਂ ਦੀ ਸ਼ਲਾਘਾ, ਤੇ ਉਹ ਆਪਣੇ ਸਾਰੇ ਟੁਕੜੇ ਦੱਸਦੇ ਹਨ ਵੀ ਸਾਡੇ ਨਾਲ ਕੀ ਕੀ ਸਮੱਸਿਆ, ਏਅਰਲਾਈਨਾਂ ਦੀ ਕੀ ਸਮੱਸਿਆ ਹੈ ਜਾਂ ਹੋਰ ਕਿਹੜੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਹੈਗੀਆਂ। ਜੀ 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 ਜੀ, ਤੇ ਇਹ ਸਾਰਾ ਇਸ ਹਫ਼ਤੇ ਦਾ ਸਾਰਾ ਹੈਗਾ ਸੀਗਾ ਆਪਣਾ, ਜੋ ਵੀ ਦੇਖ ਰਹੇ ਹੈਗੇ ਆ। ਜੀ ਜੀ, ਤੇ ਬਾਕੀ ਇੱਥੇ ਲੁੱਟਾਂ ਖੋਹਾਂ ਜਾਂ ਜਿਹੜਾ ਸ਼ਰਾਰਤੀ ਅੰਸਰ, ਉਹ ਕਾਫੀ ਸਰਗਰਮ ਹੈਗਾ। ਅੱਛਾ, ਠੀਕ ਹੈ। ਤੁਸੀਂ ਦੇਖੋ ਵੀ ਇੱਥੋਂ ਤੱਕ ਕਿ ਅੰਮ੍ਰਿਤਸਰ ਤੋਂ MP ਔਜਲਾ ਹੈ, ਗੁਰਜੀਤ ਸਿੰਘ ਔਜਲਾ, ਹੁਣ ਵੀ ਉਹਨੂੰ ਸੀਟ ਮਿਲੀ ਆ। ਜੀ ਜੀ, ਉਹਦੇ ਤੋਂ 35 ਲੱਖ ਰੁਪਏ ਦੀ ਧਮਕੀ ਦੇ ਕੇ ਫਰੋਸੀ ਮੰਗ ਰਹੇ ਸੀ ਵੀ ਤੈਨੂੰ ਨਹੀਂ ਤਾਂ ਮਾਰ ਦੇਣਾ। ਓਕੇ ਓਕੇ, ਠੀਕ ਹੈ। MP ਤੋਂ, ਗੁਰਜੀਤ ਸਿੰਘ ਔਜਲਾ ਤੋਂ। ਠੀਕ ਹੈ, ਠੀਕ ਹੈ। ਉਹ ਸੰਬੰਧ ਦੇ ਵਿੱਚ ਫਿਰ 2 ਲੋਕ ਜਿਹੜੇ ਆ ਫੜੇ ਗਏ, ਉਹਨੇ ਮੰਨਿਆ ਵੀ ਅਸੀਂ ਜਿਹੜੀ ਧਮਕੀ ਜਿਹੜੀ ਦਿੱਤੀ ਹੈਗੀ ਆ। ਅੱਛਾ ਜੀ, ਹਾਂਜੀ, ਉਹ 2 ਲੋਕ ਜਿਹੜੇ ਫੜੇ ਹੈਗੇ, ਤੇ ਆਮ ਲੋਕਾਂ ਦਾ ਕੀ ਹਾਲ ਹੋਊਗਾ? ਬਿਲਕੁਲ ਬਿਲਕੁਲ, ਪੰਜਾਬ ਦੇ ਵਿੱਚ ਆਮ ਲੋਕਾਂ ਦਾ ਕੀ ਹਾਲ ਹੋਏਗਾ, ਇਹੀ ਮੈਂ ਕਹਿਣ ਜਾ ਰਿਹਾ ਸੀ। ਜੇਕਰ MP ਤੱਕ ਨਹੀਂ ਉਹ ਬਖਸ਼ ਰਹੇ, ਜਿਹੜੇ ਵੱਡੇ ਬੰਦੇ ਹੁੰਦੇ ਜਿਨ੍ਹਾਂ ਨੂੰ ਸਰਕਾਰ ਸਿਕਿਉਰਿਟੀ ਵੀ ਪ੍ਰੋਵਾਈਡ ਕਰਵਾਉਂਦੀ ਹੈ, ਆਮ ਤੌਰ 'ਤੇ ਉੱਤੇ ਉਹਨਾਂ ਦੇ ਨਾਲ ਸਿਕਿਉਰਿਟੀ ਹੁੰਦੀ ਹੈ। ਸੰਗਤ ਸਾਹਿਬ, ਸਾਊਦੀ ਅਰਬ ਦੇ ਵਿੱਚ 2 ਪੰਜਾਬੀਆਂ ਦਾ ਸਿਰ ਕਲਮ ਕਰ ਦਿੱਤਾ ਗਿਆ, ਉਹਦੇ ਬਾਰੇ ਤੁਹਾਨੂੰ ਜਾਣਕਾਰੀ ਹੈ ਤੇ ਉਹ ਜ਼ਰੂਰ ਸਾਨੂੰ ਦੱਸੋ ਜੀ। ਉਹਦੇ ਬਾਰੇ ਮੈਨੂੰ ਇੰਨੀ ਜਾਣਕਾਰੀ ਨਹੀਂ ਹੋਈ, ਪਰ ਜਦੋਂ ਵਿਦੇਸ਼ਾਂ ਦੇ ਵਿੱਚ ਕੋਈ ਵੀ ਘਟਨਾ ਵਾਪਰਦੀ, ਉਹਦਾ ਸੇਕ ਪੰਜਾਬ ਤੱਕ ਪੱਕਾ ਹੀ ਪਹੁੰਚਦਾ। ਜੀ ਜੀ, ਕਿਉਂਕਿ ਅਗਰ ਉਹਨਾਂ ਦੇ ਸਿਰ ਕਲਮ ਹੋਏ ਤੇ ਕਿਉਂ ਹੋਏ, ਇਹ ਜਿਹੜੀ ਇਹ ਪੰਜਾਬ ਸਰਕਾਰ ਨਾਲੋਂ ਕੇਂਦਰ ਸਰਕਾਰ ਦੀ ਵੀ ਵੱਡੀ ਜ਼ਿੰਮੇਵਾਰੀ ਆ ਉਸੇ ਦੀ ਸਰਕਾਰ ਦੇ ਨਾਲ, ਠੀਕ ਹੈ? ਬਿਲਕੁਲ ਬਿਲਕੁਲ ਜੀ ਜੀ ਜੀ, ਕਿਉਂਕਿ ਸਾਊਦੀ ਅਰੇਬੀਆ ਨੇ ਤਾਂ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਭ ਤੋਂ ਵੱਡਾ ਖਿਤਾਬ ਵੀ ਦਿੱਤਾ ਹੈਗਾ। ਓਕੇ, ਤੇ ਉਹ ਕੇਂਦਰੀ ਸਰਕਾਰ ਨੂੰ ਦੇਖਣ ਦੀ ਲੋੜ ਪਵੇਗੀ ਕਿ ਇਹ ਮਸਲਾ ਕੀ ਹੋਇਆ ਹੈਗਾ। ਜੀ ਜੀ, ਤੇ ਕਿਉਂ ਹੋਇਆ ਹੈਗਾ। ਠੀਕ ਹੈ, ਠੀਕ ਹੈ, ਠੀਕ ਹੈ, ਵੀ ਏਡਾ ਵੱਡਾ ਕਿਹੜਾ ਕ੍ਰਾਈਮ ਕੀਤਾ ਵੀ ਉਹਨਾਂ ਦੀ ਉਹਨਾਂ ਦਾ ਜਿਹੜਾ ਸਿਰ ਕਲਮ ਕੀਤਾ ਹੈਗਾ। ਸੋ ਬਿਲਕੁਲ, ਅਗਲੀ ਗੱਲ ਆ, ਸ੍ਰੀ ਅਕਾਲ ਤਖ਼ਤ ਦੇ ਜਥੇਦਾਰ, ਹਾਂਜੀ ਜੀ, ਗਿਆਨੀ ਹਰਪ੍ਰੀਤ ਸਿੰਘ ਹੁਣੀ ਇੱਕ ਯਤਨ ਕੀਤਾ ਹੈਗਾ। ਜੀ ਜੀ, ਉਹਨਾਂ ਨੇ ਇੱਕ ਇੰਟਰਨੈਸ਼ਨਲ
ਤਾਲਮੇਲ ਕਮੇਟੀ ਬਣਾਈ ਹੈਗੀ ਆ। ਓਕੇ, ਉਹ ਤਾਲਮੇਲ ਕਮੇਟੀ ਦਾ ਕੰਮ ਹੋਏਗਾ ਵਿਦੇਸ਼ਾਂ ਦੇ ਵਿੱਚ ਜੋ ਸਿੱਖੀ ਹੈ ਉਸਦਾ ਜਿਹੜਾ ਪ੍ਰਸਾਰ ਕਰਨਾ ਹੈਗਾ, ਸਿੱਖੀ ਦਾ ਸੰਸਥਾਵਾਂ ਦਾ ਨਿਵਾਰਕ ਉਸ ਦੇ ਵਿੱਚ ਇੱਕੋ ਜਿਹੀ ਮਰਿਆਦਾ ਦੇ ਨਾਲ ਹੋਵੇ ਘੱਟੋ ਘੱਟ। ਓਕੇ, ਠੀਕ ਹੈ ਠੀਕ ਹੈ। ਕਿਉਂ ਗੁਰੂ ਸਾਹਿਬ ਦਾ 550 ਸਾਲ ਦਾ ਗੁਰਪੁਰਬ ਆ ਰਿਹਾ ਹੈਗਾ, ਬਿਲਕੁਲ ਜੀ ਜੀ ਜੀ, ਉਹ ਕਿਵੇਂ ਮਨਾਇਆ ਜਾਵੇ, ਕਿਸ ਤਰ੍ਹਾਂ ਹੋਵੇ, ਉਸ ਸੰਬੰਧੀ ਕੀ ਕਾਰਜ ਹੋਣ, ਉਸ ਬਾਰੇ ਵੀ ਜਿਹੜੀ ਆ ਉਹਦੇ ਵਿੱਚ ਯਤਨ ਹੋਣਗੇ। ਠੀਕ ਹੈ ਠੀਕ ਹੈ ਠੀਕ ਹੈ। ਇਸ ਦੇ ਵਿੱਚ ਬੇਸਿਕ ਆਫ ਸਿੱਖੀ ਦਿੱਲੀ, ਚੀਫ ਖਾਲਸਾ ਦੀਵਾਨ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੀ, ਇੰਸਟੀਚਿਊਟ ਆਫ ਸਿੱਖ ਸਟੱਡੀ ਚੰਡੀਗੜ੍ਹ ਜੀ, ਸਿੱਖ ਮਿਸ਼ਨਰੀ ਕਾਲਜ, ਇੰਗਲੈਂਡ ਤੋਂ ਖਾਲਸਾ ਏਡ ਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਇਸ ਦੇ ਵਿੱਚ ਸੱਦਾ ਪੱਤਰ ਦੇ ਕੇ ਉਹਨੀ ਮੈਂਬਰ ਬਣਾਈਆਂ ਹੈਗੀਆਂ। ਠੀਕ ਹੈ ਠੀਕ ਹੈ। ਓਕੇ, ਤੇ ਇਹ ਅਗਲਾ ਕਦਮ ਉਹਨਾਂ ਦਾ ਹੋਏਗਾ ਬਈ ਕਿਸ ਤਰ੍ਹਾਂ ਹੋਏਗਾ, ਇਹ ਹੁਣ ਕੰਮ ਕਿਵੇਂ ਚੱਲੇਗਾ, ਇਹ ਭਵਿੱਖ ਵਿੱਚ ਦੇਖਿਆ ਜਾਵੇਗਾ ਵੀ ਕਮੇਟੀ ਕਿੰਨਾ ਕੰਮ ਕਰਨ ਵਿੱਚ ਸਫਲ ਰਹਿ ਰਹੀ ਹੈ। ਠੀਕ ਹੈ। ਸੋ ਇਹ ਆਮ ਤੌਰ ਦੇ ਉੱਤੇ ਇਹ ਵੇਖਿਆ ਜਾਂਦਾ ਹੈ, ਹਰ ਕੋਈ ਜੇ ਕਹੀਏ ਪ੍ਰਚਾਰਕ ਵਿਦਵਾਨ ਇਹ ਗੱਲ ਕਹਿੰਦਾ ਕਿ ਇੱਕ ਮਰਿਆਦਾ ਜਿਹੜੀ ਲਾਗੂ ਹੋਣੀ ਚਾਹੀਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ। ਸੋ ਜੇਕਰ ਇਹ ਹੋ ਜਾਂਦਾ ਤਾਂ ਬਹੁਤ ਬਿਲਕੁਲ, ਅਕਾਲ ਚੈਨਲ ਦਾ ਵੀ ਆਪਾਂ ਜਦੋਂ ਸ਼ੁਰੂ ਕੀਤਾ ਸੀ ਉਦੋਂ ਇਹੀ ਇਮੇਜ ਸੀਗਾ, ਇਹੀ ਏਮ ਸੀ। ਜੀ 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 ਜੀ, ਠੀਕ ਹੈ। ਅਕਾਲ ਚੈਨਲ ਦਾ ਹੁਣ ਵੀ ਇਹੀ ਜਿਹੜਾ ਆ ਆਪਣਾ ਨਿਸ਼ਾਨਾ ਲੈ ਕੇ ਅੱਗੇ ਤੁਰ ਰਿਹਾ ਹੈਗਾ, ਤੇ ਵਧੀਆ ਕਦਮ ਹੈ ਅਗਰ ਇਸ ਤਰ੍ਹਾਂ ਹੋ ਜਾਵੇ ਤਾਂ। ਜੀ 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 ਜੀ, ਬਿਲਕੁਲ ਬਿਲਕੁਲ। ਸੰਗਤ ਸਾਹਿਬ, ਭਾਰਤ ਦੇ ਵਿੱਚ ਅਗਲੀ ਗੱਲ ਜੇ ਮੈਂ ਤੁਹਾਡੇ ਕੋਲੋਂ ਪੁੱਛਾਂ, ਤੇ ਇੱਕ ਐਪ ਜਿਹੜੀ ਆਪਣੇ ਆਮ ਹੀ ਅੱਜ ਕੱਲ ਨੌਜਵਾਨ ਬਜ਼ੁਰਗ ਨੂੰ ਵਰਤ ਰਹੇ ਸੀਗੇ, ਟਿਕਟੋਕ ਨਾਮ ਜਿਹਦਾ, ਉਹਨੂੰ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ। ਉਹਦੇ ਨਾਲ ਅਸਰ ਵੀ ਇਹ ਆਪਾਂ ਇਹ ਕਹਿ ਸਕਦੇ ਹਾਂ ਕਿ ਲੋਕ ਉਹਦੇ ਨਾਲ ਮਨੋਰੰਜਨ ਦਾ ਸਾਧਨ ਬਣਾਇਆ ਹੋਇਆ ਸੀ, ਪਰ ਕਾਫੀ ਘਟਨਾਵਾਂ ਵੀ ਉਹਦੇ ਕਰਕੇ ਹੋਈਆਂ, ਬਹੁਤ ਕੁਝ ਐਸਾ ਹੋਇਆ। ਸੋ ਇਸ ਕਰਕੇ ਪ੍ਰਕਰਮਾਂ ਦੇ ਵਿੱਚ ਕੁਝ ਲੜਕੀਆਂ ਨੇ ਉਹਨੂੰ ਵਰਤਿਆ ਸੀ ਗਲਤ ਤਰੀਕੇ ਨਾਲ, ਬਿਲਕੁਲ ਬਿਲਕੁਲ। ਫਿਰ ਉਹਨੇ ਇਹਦੇ ਬਾਰੇ ਮਾਫ਼ੀ ਵੀ ਮੰਗੀ ਹੈ, ਉਹ ਬੰਦੇ ਹੋ ਜਾਣਾ ਚਾਹੀਦਾ, ਕਿਉਂਕਿ ਤੁਸੀਂ ਕੋਈ ਵੀ ਆਪਣਾ ਇਵੈਂਟ ਜਾਂ ਕਿਸ ਤਰ੍ਹਾਂ ਦੀ ਕਾਰਵਾਈ ਮਿਊਜ਼ਿਕ ਦੇ ਨਾਲ ਲਾ ਕੇ ਲੋਕਾਂ ਦੇ ਮਨੋਰੰਜਨ ਦਾ ਸਾਧਨ ਬਣਾ ਦਿੰਦੇ ਆ। ਜੀ ਜੀ, ਬਿਲਕੁਲ। ਤੇ ਉਹ ਵਧੀਆ ਕੰਮ ਕੀਤਾ, ਕਿਉਂਕਿ ਉਹਦੇ ਨਾਲ ਗਲਤ ਲੋਕਾਂ ਨੂੰ ਕਾਫੀ ਨੁਕਸਾਨ ਵੀ ਹੋ ਰਿਹਾ ਸੀ। ਠੀਕ ਹੈ ਠੀਕ ਹੈ। ਸੋ ਭਾਈ ਸਾਹਿਬ ਜੀ, ਇਹ ਸਾਰਾ ਹੈਗਾ ਤੇ ਨੈਸ਼ਨਲ ਪੱਧਰ ਤੇ ਰਾਹੁਲ ਤੇ ਮੋਦੀ ਦੇ ਵਿੱਚ ਕਾਫੀ ਆਪਸ ਵਿੱਚ ਤੂੰ ਤੂੰ ਮੈਂ ਚੱਲ ਰਹੀ ਹੈਗੀ ਆ। ਅੱਛਾ ਜੀ। ਤੇ ਮੋਦੀ ਨੇ ਰਾਹੁਲ ਨੂੰ ਆਖ ਦਿੱਤਾ ਵੀ ਜੇ ਤੂੰ ਚੋਰ ਕਹਿਣਾ ਸੀ ਤਾਂ ਮੋਦੀ ਨੂੰ ਚੋਰ ਕਹਿੰਦਾ, ਪਰ ਭਾਰਤ ਦੀਆਂ ਜਿੰਨੀਆਂ ਪਛੜੀਆਂ ਸ਼੍ਰੇਣੀਆਂ ਹੈਗੀਆਂ ਤੇ ਇੰਡੀਆ ਦੇ ਜਿੰਨੇ ਚੌਕੀਦਾਰ ਹੈਗੇ ਤੂੰ ਉਹਨਾਂ ਦਾ ਅਪਮਾਨ ਕੀਤਾ ਹੈਗਾ, ਤੈਨੂੰ ਮਾਫ਼ੀ ਮੰਗਣੀ ਪੈਗੀ, ਲੋਕੀ ਤੈਨੂੰ ਉਹ ਲੋਕ ਚੋਣਾਂ ਦੇ ਵਿੱਚ ਇਸ ਦੀ ਸਜ਼ਾ ਜ਼ਰੂਰ ਦੇਣਗੇ। ਠੀਕ ਹੈ ਠੀਕ ਹੈ। ਸੋ ਇਹ ਕਾਫੀ ਜਿਹੜਾ ਵਾਇਰਲ ਹੋ ਰਿਹਾ ਇਹ ਜਿਹੜਾ ਉਹਨਾਂ ਦਾ ਬਿਆਨ ਸੀਗਾ, ਉਹਦੇ ਉੱਤੇ ਹੁਣ ਮੋਦੀ ਸਾਹਿਬ ਨੇ ਜਿਹੜਾ ਰਿਐਕਸ਼ਨ ਦਿੱਤਾ ਕਿ ਤੁਸੀਂ ਸਾਰੇ ਭਾਰਤੀਆਂ ਨੂੰ ਇਹਦੇ ਵਿੱਚ ਬੁਰਾ ਕਹਿ ਰਹੇ ਹੋ। ਜੀ ਬਿਲਕੁਲ ਬਿਲਕੁਲ। ਜਿੰਨੇ ਕਹੋ ਚੌਕੀਦਾਰ ਆਪਣੇ ਆਪਣੇ ਪੰਜਾਬ ਤੋਂ ਜ਼ਿਮੀਦਾਰਾਂ ਦੇ ਮੁੰਡੇ ਜਿਹੜੇ ਆ ਬੈਂਕਾਂ ਦੇ ਬਾਹਰ ਲੱਗੇ ਹੋਏ ਨੇ, ਸਿਕਿਉਰਿਟੀ ਅਫਸਰ ਲੱਗੇ ਆ ਬਹੁਤ ਸਾਰੇ ਆ, ਸਿਕਿਉਰਿਟੀ ਕਰਦੇ ਆ ਜੀ, ਉਹ ਵੀ ਇਹ ਮੰਗਦੇ ਵੀ ਰਾਹੁਲ ਗਾਂਧੀ ਗਲਤ ਬਿਆਨ ਦੇ ਰਿਹਾ। ਸੋ ਰਾਹੁਲ ਗਾਂਧੀ ਕਈ ਜੀ ਜੀ, ਹੁਣ ਲੋਕਾਂ ਦੇ ਜਵਾਬ ਇਹ ਵੀ ਸਵਾਲ ਹੈ ਕਾਂਗਰਸ ਦੇ ਮੋਹਰੇ ਵੀ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਆ ਕੇ ਕਹਿ ਕੇ ਆਈ 70% ਲੋਕ ਨਸ਼ੇੜੀ ਨੇ ਇੱਥੇ, ਉਹ 2 ਸਾਲ ਦੇ ਵਿੱਚ ਕਿੱਥੇ ਗਏ 70%? ਜੀ 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 ਜੀ, ਬਿਲਕੁਲ ਬਿਲਕੁਲ। ਉਹਨਾਂ ਦਾ ਹਿਸਾਬ ਕਿਤਾਬ ਤਾਂ ਦੇਣਾ ਚਾਹੀਦਾ ਨਾ ਵੀ ਉਹ 17 ਚੋਂ ਜਿਹੜੇ ਆ ਕੇਸ ਕਿਸ ਤਰ੍ਹਾਂ ਤੁਸੀਂ ਉਹ ਨਸ਼ਾ ਖਤਮ ਕਰਕੇ ਉਹਨਾਂ ਲੋਕਾਂ ਨੂੰ ਆਮ ਲੋਕ ਬਣਾ ਦਿੱਤਾ ਹੈਗਾ। ਜੀ ਜੀ, ਕਿਉਂਕਿ ਨਸ਼ਾ ਤਾਂ ਅੱਗੇ ਨਾਲੋਂ ਵੀ ਵਧਿਆ ਹੈਗਾ, ਕੱਲ ਇਹ 2 ਸਕੇ ਭਰਾ ਨਹੀਂ ਸੀ, ਦੋਸਤ ਸੀ ਨਸ਼ੇੜੀ, ਉਹ ਇਕੱਠਿਆਂ ਨੇ ਰਲ ਕੇ ਫਾਹਾ ਲੈ ਲਿਆ, ਖੁਦਕੁਸ਼ੀ ਕਰ ਲਈ। ਬਿਲਕੁਲ ਬਿਲਕੁਲ ਜੀ ਜੀ, ਖੁਦਕੁਸ਼ੀ ਕਰ ਲਈ। ਸੋ ਇਸ ਤਰ੍ਹਾਂ ਦਾ ਜਿਹੜਾ ਕੰਮ ਨਸ਼ਾ ਉਹ ਅੱਗੇ ਕੁਛ ਹੋਰ ਲੋਕੀ ਵੇਚਦੇ ਸਨ, ਹੁਣ ਹੋਰ ਵੇਚਦੇ। ਇਹ ਤਾਂ ਆਮ ਦੇਖਣ ਦੇ ਵਿੱਚ ਗੱਲ ਹੈਗੀ ਹੈ ਕਿ ਖੁਦਕੁਸ਼ੀਆਂ ਜਾਂ ਨਸ਼ੇ ਦੇ ਨਾਲ ਮੌਤਾਂ ਦੇ ਵਿੱਚ ਕੋਈ ਵੀ ਕਮੀ ਨਹੀਂ ਆਈ, ਉਸੇ ਤਰ੍ਹਾਂ ਹੀ ਚੱਲ ਰਿਹਾ ਸਾਰਾ ਕੁਝ। ਬਿਲਕੁਲ ਉਸੇ ਤਰ੍ਹਾਂ ਚੱਲ ਰਿਹਾ, ਬਾਕੀ ਪੰਜਾਬ ਦੇ ਲੋਕ ਬਹੁਤ ਮਿਹਨਤੀ ਆ ਜੀ। ਜੀ, ਜਿਹੜਾ ਬੰਦਾ ਕੋਈ ਵਪਾਰ ਕਰਦਾ ਕਿਸੇ ਵੀ ਤਰ੍ਹਾਂ ਦਾ ਕਰਦਾ, ਜੇ ਰਾਤ ਦਿਨ ਲਾ ਕੇ ਇੱਛੇ ਵਾਂਗ ਕਰਦਾ ਤੇ ਉਹ ਕਾਫੀ ਕਾਮਯਾਬ ਆ, ਕੋਈ ਇਹਦੇ ਵਿੱਚ ਸ਼ੱਕ ਨਹੀਂ। ਠੀਕ ਹੈ ਜੀ, ਠੀਕ ਹੈ। ਤੇ ਪੰਜਾਬ ਦਾ ਕੋਈ ਖੇਤ ਕੋਈ ਜੀ ਸਿਆਰ ਇਸ ਵੇਲੇ ਵਿਹਲਾ ਨਹੀਂ ਫਸਲ ਤੋਂ। ਸੰਗਤ ਸਾਹਿਬ, ਅਖੀਰ ਦੇ ਵਿੱਚ ਸਵਾਲ ਜਿਹੜਾ ਅਖੀਰ ਦੇ ਵਿੱਚ ਤੁਹਾਨੂੰ ਹੈਗਾ ਕਿ ਆਈ ਜੀ ਕੁੰਵਰ ਵਿਜੇ ਪ੍ਰਤਾਪ ਦੀ ਤਬਾਦਲੇ ਨੂੰ ਲੈ ਕੇ ਸਾਰੀਆਂ ਪਾਰਟੀਆਂ ਜਿਹੜੀਆਂ ਵਿਰੋਧੀ ਧਿਰਾਂ ਜਿਹੜੀਆਂ ਹੈਗੀਆਂ ਉਹ ਇਕੱਠੀਆਂ ਹੋ ਗਈਆਂ, ਦਿੱਲੀ ਗਈਆਂ ਨੇ, ਉਹ ਚੋਣ ਕਮਿਸ਼ਨ ਦੇ ਮੁੱਖ ਦਫ਼ਤਰ ਦੇ ਵਿੱਚ ਉਹਨਾਂ ਨੇ ਮੰਗ ਪੱਤਰ ਦਿੱਤਾ, ਅਖੀਰ ਦੇ ਵਿੱਚ ਕੀ ਕਹੋਗੇ ਸੰਖੇਪ ਜੇ ਲਫ਼ਜ਼ਾਂ ਦੇ ਵਿੱਚ? ਉਹਦਾ ਕੋਈ ਬਾਹਲਾ ਅਸਰ ਨਹੀਂ ਹੋਣਾ, ਕਿਉਂਕਿ ਜੇ ਇਲੈਕਸ਼ਨ ਹਾਈ ਕਮੇ ਉਸਨੇ ਹੈੱਡ ਆਫਿਸ ਨੇ ਹਾਲੇ ਕੋਈ ਜਵਾਬ ਨਹੀਂ ਦਿੱਤਾ ਹੈਗਾ, ਉਹਨੂੰ ਪਤਾ ਵੀ ਮੰਗ ਕਰਨ ਵਾਲੇ ਵੀ ਕੌਣ ਨੇ। ਜੀ ਜੀ, ਠੀਕ ਹੈ ਨਾ, ਕੇਂਦਰ ਸਰਕਾਰ 'ਚ ਮੋਦੀ ਦੀ ਸਰਕਾਰ ਆ ਉੱਥੇ, ਠੀਕ ਹੈ, ਬੇਸ਼ੱਕ ਉਹ ਇਲੈਕਸ਼ਨ ਕਮਿਸ਼ਨ ਇੰਡੀਪੈਂਡੈਂਟ ਹੁੰਦਾ ਹੈਗਾ, ਬਿਲਕੁਲ, ਚੋਣਾਂ ਤੋਂ ਬਾਅਦ ਤਾਂ ਭਾਵੇਂ ਲਾ ਦੇਵੇ, ਪਰ ਇਹਦਾ ਪੰਜਾਬ ਦੇ ਲੋਕਾਂ 'ਚ ਕੋਈ ਬਾਹਲਾ ਅਸਰ ਹੈ ਨਹੀਂ, ਸਿਰਫ ਸਿਆਸੀ ਲੋਕ ਕੁਛ ਹੈਗੇ ਆ ਜਿਹਨੇ ਆਪਣੀਆਂ ਪਾਰਟੀਆਂ ਵੀ ਚਲਾਉਣੀਆਂ ਹੁੰਦੀਆਂ ਕੋਈ ਇਸ਼ੂ ਖੜਾ ਕਰਕੇ। ਜੀ ਜੀ ਜੀ, ਸਾਰਾ
ਜੇ ਬਦਲ ਦੇਣ ਆ, ਕਿਉਂਕਿ ਉਹਨਾਂ ਚਿਰ ਇਹ ਤਾਂ ਹੋ ਸਕਦਾ ਵੀ ਜਿਹੜੀ ਉਹ ਤੇ ਇਨਕੁਆਇਰੀ ਚੱਲਦੀ ਉਹਨਾਂ ਦੇ ਠੱਪ ਕਰ ਦਿੱਤੀ ਜਾਵੇ। ਬਿਲਕੁਲ ਜੀ 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 ਠੀਕ, ਚੋਣਾਂ ਤੋਂ ਬਾਅਦ ਰਿਜ਼ਲਟ ਤੋਂ ਬਾਅਦ ਫਿਰ ਸ਼ੁਰੂ ਹੋ ਜਾਵੇ। ਠੀਕ ਹੈ, ਪਰ ਬਹੁਤ ਸਾਰੇ ਅਫਸਰ ਹੋਰ ਵੀ ਬਦਲੇ ਗਏ ਆ, ਕੋਈ ਉਹ ਇਕੱਲੇ ਨੂੰ ਨਹੀਂ ਬਦਲਿਆ, ਹੋਰ ਵੀ ਬਦਲੇ ਗਏ। ਬਿਲਕੁਲ, ਅੰਮ੍ਰਿਤਸਰ ਤੋਂ ਵੀ ਥਾਣਾ ਮੁਖੀ ਨੂੰ ਬਦਲ ਦਿੱਤਾ ਗਿਆ ਜੋ ਅੰਮ੍ਰਿਤਸਰ ਦਾ ਹੈਗਾ। ਹਾਂਜੀ, ਇਸੇ ਤਰ੍ਹਾਂ ਕਾਫੀ ਅਫਸਰ ਬਦਲੇ ਜਾ ਰਹੇ ਨੇ। ਠੀਕ ਹੈ ਸੰਘਾ ਸਾਹਿਬ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਆਪਣਾ ਕੀਮਤੀ ਸਮਾਂ ਪੰਜਾਬ ਗਏ ਹੋਏ ਵੀ ਕੱਢਿਆ ਅਤੇ ਸਾਡੇ ਦਰਸ਼ਕਾਂ ਦੇ ਨਾਲ ਅਤੇ ਸਾਡੇ ਨਾਲ ਜਿਹੜੀ ਆ ਖਬਰਾਂ ਦੇ ਉੱਤੇ ਸਾਂਝ ਪਾਈ ਹੈ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ। ਥੈਂਕ ਯੂ ਵੈਰੀ ਮੱਚ ਜੀ। ਬਹੁਤ ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਇੰਦਰਜੀਤ ਸਿੰਘ ਸੰਘਾ ਜੋ ਅੱਜ ਕੱਲ੍ਹ ਪੰਜਾਬ ਦੇ ਵਿੱਚ ਗਏ ਹੋਏ ਨੇ ਆਪਣੇ ਰੁਝੇਵਿਆਂ ਦੇ ਕਾਰਨ ਅਤੇ ਉੱਥੋਂ ਹਾਜ਼ਰੀ ਲਵਾਈ ਹੈ ਜੀ। ਸਾਰੀਆਂ ਉਹ ਖਬਰਾਂ ਜਿਹੜੀਆਂ ਉਹ ਆਪ ਇੱਥੇ ਸਟੂਡੀਓ ਦੇ ਵਿੱਚੋਂ ਸਾਂਝੀਆਂ ਕਰਦੇ ਹੁੰਦੇ ਨੇ ਤੁਹਾਡੇ ਨਾਲ। ਸੋ ਉਹਨਾਂ ਨੂੰ ਕਾਲ ਦੇ ਉੱਤੇ ਲੈ ਕੇ ਅੱਜ ਉਹਨਾਂ ਦੇ ਕੋਲੋਂ ਸਾਰੀ ਜਾਣਕਾਰੀ ਲਈ ਹੈ। ਆਸ ਕਰਦੇ ਹਾਂ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਖਬਰ 'ਤੇ ਨਜ਼ਰ, ਅਕਾਲ ਚੈਨਲ ਦੇ ਹੋਰ ਵੀ ਪ੍ਰੋਗਰਾਮ ਜਿਹੜੇ ਆਉਂਦੇ ਹੈ ਉਹ ਵੀ ਤੁਸੀਂ ਦੇਖਦੇ ਹੋ, ਬਹੁਤ ਪਿਆਰ ਦਿੰਦੇ ਹੋ। ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ। ਮਿਲਦਾ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ। ਮੈਨੂੰ ਯਾਨੀ ਕਿ ਦਲਜੀਤ ਸਿੰਘ ਨੂੰ ਇੱਥੇ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।